ਰਿਕਸ਼ਾ ਵਾਲਾ ਆ ਗਿਆ ਤਾਂ ਮੈਨੂੰ ਕਹਿੰਦਾ ਇਹ ਮੇਰੇ ਕੁਆਟਰ 'ਤੇ ਚੱਲ। ਮੈਂ ਆਖਿਆ ਕੁਆਟਰ ਤੇਰਾ ਕਿੱਥੇ? ਤੇ ਮੈਨੂੰ ਕਹਿੰਦਾ ਮੇਰੇ ਕੁਆਟਰ 'ਤੇ ਤੈਨੂੰ ਮੇਰੇ ਨਾਲ ਜਾਣਾ ਪੈਣਾ। ਮੈਂ ਆਖਿਆ ਅੱਛਾ, ਅਤੇ ਮੈਂ ਆਖਿਆ ਅੱਛਾ। ਮੈਂ ਆਪਦੇ ਬੰਦੇ ਨੂੰ ਇਸ਼ਾਰਾ ਕਰ ਦਿੱਤਾ, ਉਹ ਮੈਨੂੰ ਲੈਣ ਆਇਆ ਸੀ। ਮੈਂ ਆਖਿਆ ਤੂੰ ਲੁੱਕ ਤੇ ਖਿਲਾ ਰਹਾ, ਯੇ ਜਬ ਮੁਝੇ ਲੈ ਕੇ ਜਾਏ ਨਾ ਕੁਆਟਰ ਪੇ, ਪਿੱਛੇ ਪਹੁੰਚ ਜਾ, ਆਪਾਂ ਦੋਵੇਂ ਨੂੰ ਕੁੱਟਾਂ ਦੇ ਨਾਲੇ ਇਹਦੇ ਕੋਲ ਖੋਲ ਆਵਾਂਗੇ ਸਾਰਾ ਕੁਛ, ਨਾਲੇ ਇਹਨੂੰ ਪੁਲਿਸ ਨੂੰ ਫੜਾਵਾਂਗੇ। ਅਤੇ ਮੈਨੂੰ ਆਸਾ ਵੀ ਮਾੜਾ ਜਿਹਾ ਆ ਗਿਆ ਬਾਜੀ, ਅਤੇ ਮੈਂ ਨਾ ਉਹ ਮੈਨੂੰ ਆਉਂਦਾ ਬਹਿ ਰਿਕਸ਼ੇ 'ਚ, ਮੈਂ ਰਿਕਸ਼ੇ 'ਚ ਬਹਿ, ਮੇਰੇ ਬੰਦੇ ਨੇ ਮਗਰ ਮੋਟਰਸਾਈਕਲ ਲਾ ਦਿੱਤੀ ਉਹਦੇ, ਉਹ ਮੈਨੂੰ ਲਈ। ਉਹਨੇ ਆਖੇ ਬੀਬੀ ਐਡੀ ਛੇਤੀ ਮੰਨ ਵੀ ਗਈ ਵੀ ਐਡੀ ਛੇਤੀ ਮੰਨ ਲੈ, ਆਂਦਾ ਕਿੰਨੇ ਪੈਸੇ ਲੈਣ ਦੀ? ਮੈਂ ਕਿਹਾ ਜਿਹੜੇ ਤੇਰੇ ਦਿਲ ਕਰਦਾ ਉਹਦਾ ਦੇ ਦੀ। ਕਹਿੰਦਾ ਕੁਆਟਰ 'ਤੇ ਜਾਣਾ ਪੈਣਾ। ਅਤੇ ਥੋੜ੍ਹਾ ਅੱਗੇ ਗਿਆ ਤਾਂ ਮੈਨੂੰ ਕਹਿੰਦਾ ਮੈਂ ਤਾਂ ਤੁਹਾਨੂੰ ਰੁਪਈਆ 100 ਦਿਆਂਗਾ। ਮੈਂ ਕਿਹਾ ਨਹੀਂ, ਮੈਂ ਨਾ, ਤੂੰ 500 ਦੇ ਦੀ। ਇਸ ਤਰ੍ਹਾਂ ਕਰਤੇ ਕਰਤੇ ਨਾ ਜਦ ਥੋੜ੍ਹਾ ਅੱਗੇ ਗਿਆ, ਉਸਕੋ ਪਤਾ ਚੱਲ ਗਿਆ ਕਿ ਇਸਕੋ ਨਾ ਕੋਈ ਮਾਮਲਾ ਮੁਮਲਾ ਹੈ ਪਿੱਛੇ। ਕਹਿੰਦਾ ਇੱਕ ਪਿੱਛੇ ਮੋਟਰਸਾਈਕਲ ਵਾਲਾ ਬੰਦਾ ਕੋਈ ਸਾਡਾ ਪਿੱਛਾ ਕਰਦਾ ਪਿਆ, ਤੇਰੇ ਜਾਣ ਨਾਲ ਤਾਂ ਨਹੀਂ? ਮੈਂ ਕਿਹਾ ਮੇਰੇ ਤਾਂ ਜਾਣ ਨਾਲ ਕੋਈ ਨਹੀਂ। ਕਹਿੰਦਾ ਤੁਸੀਂ ਉਤਰੋ। ਮੈਂ ਕਿਹਾ ਨਹੀਂ, ਮੈਂ ਤਾਂ ਨਹੀਂ ਉਤਰਨਾ, ਮੈਂ ਤਾਂ ਕੁਆਟਰ 'ਚ ਜਾਣਾ। ਉਹ ਆਪ ਜਾਨ ਛੁੜਾਏ, ਮੈਂ ਉਸਕੀ ਜਾਨ ਕਹਾਂ ਛੋੜੂ। ਮੈਨੇ ਕਿਹਾ ਮੈਨੇ ਤਾਂ ਜਾਣਾ ਹੀ ਕੁਆਟਰ ਪੇ, ਚੱਲ ਕੇ ਦੇਖੂ ਤੂੰ ਤੇਰੇ ਕੁਆਟਰ ਪੇ ਕਿਆ, ਕਹਾਂ ਪੇ ਤੂੰ ਬੀਬੀਆਂ ਕੋ ਲੈ ਕੇ ਆਤਾ। ਉਹ ਆਪ ਜਾਨ ਛੁੜਾਏ ਨਹੀਂ ਉਸਕੀ। ਫਿਰ ਮੈਨੇ ਕਾਫੀ ਛਤਰੌਲ ਕੀ, ਕਾਫੀ ਉਸਕੋ ਚਪੇੜੇ 'ਚ ਬੁੜੇ ਮਾਰੀ। ਮੇਰਾ ਬੰਦਾ ਵੀ ਆ ਗਿਆ, ਉਸਨੇ ਵੀ ਉਸਕੋ ਗਿਰੇ ਬਾਣ ਪਕੜਾ, ਉਸਕੇ ਕੱਪੜੇ ਕੁਪੜੇ ਫਾੜੇ। ਤੋ ਫਿਰ ਉਸਕੋ ਮੈਨੇ ਕਹਾ ਕਿ ਇਸ ਤਰ੍ਹਾਂ ਨਹੀਂ ਕਰਤੇ, ਤੁਮ ਆਪਣੇ ਬੱਚੋਂ ਕੀ ਰੋਜ਼ੀ ਕਮਾਣੇ ਆਏ ਹੋ, ਤੋ ਮੁਝੇ ਕਹਿ ਰਹੇ ਹੋ ਮੇਰੇ ਕੁਆਟਰ ਪੇ ਚਲੋ, ਤੋ ਯੇ ਤੋ ਫਿਰ ਤੁਮ ਇਸਕਾ ਮਤਲਬ ਗਲਤ ਕਾਮ ਕਰ ਰਹੇ ਹੋ। ਫਿਰ ਉਸਕੋ ਮੈਨੇ ਕਾਫੀ ਅੱਛਾ ਖਾਸਾ ਸਬਕ ਸਿਖਾਇਆ ਦਾ। ਬਾਕੀ ਗਾੜੀਆਂ ਵਾਲੇ ਵੀ ਇਸ਼ਾਰੇ ਸ਼ੁਰੇ ਕਰਤੇ ਹੈ, ਮੈਂ ਥੋੜ੍ਹੀ ਸੋਹਣੀ ਵੀ ਹੂੰ ਨਾ, ਤੋ ਫਿਰ ਮੁਝੇ ਕਾਰਡ ਵੀ ਦੇਣੇ ਕਿ ਆਪਣਾ ਕੋਸ਼ਿਸ਼ ਕਰਤੇ ਹੈ, ਕਾਰਡ ਕੇ ਉੱਪਰ ਨੰਬਰ ਲਿਖਾ ਹੋਤਾ ਹੈ, ਸਾਡੇ ਨਾਲ ਰਾਬਤਾ ਕਰਕੇ ਤੇ ਰਾਤ ਨੂੰ ਸਾਡੇ ਨਾਲ ਲੱਗੀ ਚੱਲੀ। ਮੈਂ ਫਿਰ ਨਹੀਂ ਜਾਤੀ ਕਿ ਮੇਰੇ ਤਾਂ 5 ਬੱਚੇ ਆ, ਮੇਰਾ ਮੀਆਂ ਇਸਲਾਮਾਬਾਦ, ਮੈਂ ਫਿਰ ਨਹੀਂ ਜਾਤੀ। ਬਾਕੀ ਕੁਛ ਚਲੀ ਵੀ ਜਾਤੀ ਹੈ ਜੋ ਐਸੇ ਹੱਥ ਜੋੜ ਕੇ ਖੜੀ ਹੋਤੀ ਹੈ ਨਾ, ਜਿਨ੍ਹਾਂ ਨੇ ਇੱਕ ਚਾਰਟ ਪਕੜਾ ਹੋਤਾ ਹੈ ਕਿ ਮੇਰੇ ਅੱਬੂ ਜੀ ਬਿਮਾਰ ਹੈ, ਕੈਂਸਰ ਕੇ ਮਰੀਜ਼ ਹੈ, ਆਪ ਹਮੇ ਹਮਾਰੀ ਮਦਦ ਕਰੇ, ਤੋ ਵੋ ਇਸੀ ਲਈ ਬਾਜੀ ਜ਼ਿਆਦਾਤਰ ਟਾਰਗੇਟ ਚਾਹੀਆਂ ਹੋਤੀ ਹੈ। ਕਿ ਆਪਕੇ ਸ਼ੋਹਰ ਕੋ ਯੇ ਬੁਰਾ ਨਹੀਂ ਲਗਤਾ ਕਿ ਵੋ ਆਪਕੋ ਕਿਤਨੀ ਡਿਊਟੀ ਦੇਤਾ ਹੈ, ਛੋੜ ਕੇ ਆਤਾ ਹੈ, ਸ਼ਾਮ ਕੋ ਲੈ ਕੇ ਆਤਾ ਹੈ, ਕਿ ਆਪਕੋ ਮੰਗਣੇ ਪੇ ਮਜਬੂਰ ਕਰਤਾ ਹੈ, ਤੋ ਆਪਕੋ ਘਰ ਬਿਠਾਏ ਔਰ ਖੁਦ ਕਾਮ ਕਰੇ, ਆਪਕੋ ਕਭੀ ਯੇ ਲਗਾ ਨਹੀਂ ਹੈ ਕਿ ਉਸਕੋ ਯੇ ਸੋਚਣਾ ਚਾਹੀਏ? ਇਹ ਜੇ ਸੋਚਦਾ ਹੋ ਤੋ ਅੱਜ ਮੈਂ ਇੱਧਰ ਤੋਂ ਨਾ ਹੋਤੀ ਬਾਜੀ, ਮੈਂ ਤੋ ਆਪਣਾ ਘਰ ਬੈਠੀ ਹੋਤੀ। ਬੰਦੇ ਕੀ ਦੇਖੇ ਜ਼ਿੰਮੇਦਾਰੀ ਹੈ ਕਿ ਵੋ ਆਪਣੇ ਬੱਚੋਂ ਕੀ ਔਰ ਆਪਣੀ ਬੁੱਢੀ ਕੀ ਕਫਾਲਤ ਕਰੇ। ਅਬ ਵੋ ਨਸ਼ਈ ਹੈ, ਵੋ ਤੋ ਮੁਝੇ ਮਾਰਤਾ ਕੁੱਟਤਾ, ਜੋ ਪੈਸੇ ਹੋਤੇ ਵੋ ਵੀ ਛੀਨ ਕੇ ਲੈ ਜਾਤਾ ਹੈ। ਤੋ ਮੈਂ ਤੋ ਆਪਣੇ ਪੈਸੇ ਜੋ ਹੈ ਨਾ ਵੋ ਜਮ੍ਹਾਂ ਕਰਤੀ ਰਹਤੀ। ਮੈਂ ਕਹਤੀ ਹੂੰ ਕਿ ਮੈਂ ਆਪਣੇ ਬੱਚੋਂ ਕਾ ਨਾ ਕੁਛ ਬਣਾ ਲੂੰ, ਕਿਉਂਕਿ ਇਸਨੇ ਤੋ ਸਾਰਾ ਕੁਛ ਵੇਚ ਬੂਚ ਕੇ ਖਾ ਜਾਣਾ, ਯੇ ਤੋ ਕੁਛ ਵੀ ਨਹੀਂ ਦੇਗਾ। ਤੋ ਵੋ ਅਗਰ ਇਤਨੇ ਜੋਗਾ ਹੋਤਾ ਤੋ ਮੈਂ ਸੜਕੋ ਮੈਂ ਰੁਲਤੀ ਨਾ, ਮੈਂ ਤਲਾਕ ਲੈ ਲੈਤੀ ਉਸਸੇ। ਮੈਂ ਤਲਾਕ ਲੈ ਕੇ ਜਾਊਂ ਵੀ ਕਿਧਰ? ਚਲੋ ਇੱਕ ਬੰਦੇ ਦਾ ਨਾਮ ਦੇ ਨਾਲ ਜੁੜਿਆ ਹੈ ਨਾ, ਕਿ ਲੋਕਾਂ ਨੂੰ ਪਤਾ ਕਿਹਦਾ ਬੰਦਾ ਹੈ। ਆਪ ਕਿਆ ਚਾਹਤੀ ਹੈ ਕਿ ਜੋ ਹਾਲਾਤ ਆਪ ਫੇਸ ਕਰ ਰਹੇ ਹੈ, ਯਾਨੀ ਕਿ ਸੜਕੋ ਪੇ ਮਾਂਗਤੀ ਹੈ, ਬੰਦੇ ਬੰਦੇ ਕੇ ਮੂੰਹ ਲਗਤੀ ਹੈ, ਗਾੜੀਓ ਪੇ ਇਸ਼ਾਰੇ ਮੇਂ ਇਸ ਤਰ੍ਹਾਂ ਜਾ ਕੇ, ਤੋ ਆਪ ਚਾਹਤੀ ਹੈ ਕਿ ਆਪਕੇ ਬੱਚੇ ਵੀ ਯਹੀ ਜ਼ਿੰਦਗੀ ਗੁਜ਼ਾਰੇ, ਜੋ ਕਿ ਆਲਰੇਡੀ ਆਪਨੇ 3 ਲੜਕੀਓਂ ਕੋ ਇਸ਼ਾਰੇ ਪੇ ਛੋੜਾ ਹੋਇਆ ਹੈ? ਆਪ ਚਾਹਤੀ ਹੈ ਕਿ ਆਪਕੀ ਬੇਟੀਆਂ ਔਰ ਬੇਟੇ ਵੀ ਯਹੀ ਕਾਮ ਕਰੇ ਸਾਰੀ ਜ਼ਿੰਦਗੀ? ਮੈਂ ਆਨੀ ਹੈ ਮੇਰੇ ਬਾਲ ਪੜ੍ਹ ਲਿਖ ਜਾਣ, ਪੜ੍ਹ ਕੇ ਤਾਂ ਕੋਈ ਚੰਗੀਆਂ ਨੌਕਰੀਆਂ ਤਾਂ ਲੱਗ ਜਾਣ। ਮੈਂ ਤਾਂ ਬੜਾ ਪੇਟਣੀ ਹੈ ਵੀ ਮੇਰੇ ਬੱਚੇ ਪੜ੍ਹ ਜਾਣ, ਪਰ ਹਾਲਾਤ ਹੀ ਇੰਜਦੇ ਨੇ, ਕੀ ਕਰੀਏ? ਅੱਗੋਂ ਫਿਰ ਮਕਾਨ ਜਿਹੜਾ ਉਹ ਬੜੀਆਂ ਸਿਆਪਿਆਂ ਨਾਲ ਬਣਿਆ, 3 ਮਰਲਾ ਸਾਡਾ ਆਪਦਾ ਘਰ ਹੈ, ਤੇ ਕਦੀ ਦਿਹਾੜੀ ਲਾਉਂਦੀ। ਉੱਤੋਂ ਮਹਿੰਗਾਈ ਕਿੰਨੀ ਦੇਖੋ, 5 ਬੱਚੇ ਖਾਣ ਵਾਲੇ ਨੇ, 6ਵਾਂ ਮੇਰਾ ਬੰਦਾ, 7ਵੀਂ ਮੈਂ, 7 ਅਸੀਂ ਜੀਂਦ, ਉਹਦਾ ਨਸ਼ਾ ਪਾਣੀ ਪੂਰਾ ਕਰਨਾ, ਤੇ ਉੱਤੋਂ ਬਿੱਲ ਇੰਨੇ ਆ ਜਾਂਦੇ ਨੇ, ਬਿੱਲ ਵੀ ਜਮ੍ਹਾਂ ਕਰਾਉਣੇ, ਫਿਰ ਘਰ ਦਾ ਸੌਦਾ ਸਰਵ ਲਿਆਉਣਾ, ਤੇ ਇੰਨੇ ਪੈਸੇ ਤੋਂ ਹੁਣ ਜਦੋਂ ਦੀ ਮਹਿੰਗਾਈ ਹੋ ਗਈ ਨਾ, ਲੋਕੀ ਪੈਸੇ ਵੀ ਘੱਟ ਦਿੰਦੇ ਨੇ, ਤੇ ਕਦੀ ਕੋਈ ਨਹੀਂ ਵੀ ਦਿੰਦਾ। ਕਦੀ ਦਿਹਾੜੀ ਤੁਹਾਨੂੰ ਦੱਸਿਆ ਮਾੜੀ ਮੋਟੀ 2500-3000 ਕਮਾਈਦਾ, ਤੁਹਾਡੇ ਕੀ ਬਣਦਾ ਬਾਜੀ? ਤੁਸੀਂ ਆਪ ਸਮਝਦਾਰ ਜੇ, ਤੁਸੀਂ ਤੁਹਾਡਾ ਕਿੰਨਾ ਖਰਚਾ ਕਰਦਾ ਦੱਸੋ ਮੈਨੂੰ।
ਤੁਸੀਂ ਇਹ ਕੰਮ ਕਰ ਸਕਦੇ ਜਿਹੜਾ ਅਸੀਂ ਕਰਨੇ ਆ, ਕਿੰਨਾ ਸਾਰਾ ਦਿਨ ਮੈਨੂੰ ਮੰਗਣਾ ਪੈਂਦਾ, ਤੁਸੀਂ ਇਹ ਕੰਮ ਕਰ ਸਕਦੇ ਮੰਗੋ, ਭਲਾ ਜਾਗ ਛੱਡ ਦੇ, 12-13 ਘੰਟੇ ਸੜਕਾਂ 'ਤੇ ਫਿਰੋ, ਮੀਂਹ ਹੈ, ਹਨੇਰੀ ਹੈ, ਬਾਰਿਸ਼ ਹੈ, ਸਰਦੀ ਗਰਮੀ, ਕਿੰਨਾ ਕਿੰਨਾ ਸਾਰਾ ਦਿਨ ਖੱਪਣਾ ਪੈਂਦਾ ਖੱਪ ਕੇ। ਬਾਜੀ ਮਿਹਨਤ, ਅਸੀਂ ਵੀ ਮਿਹਨਤ ਕਰਨੇ ਆ, ਹੁਣ ਲੋਕ ਐਵੇਂ ਆਖਣ ਵੀ ਇਹਨਾਂ ਨੂੰ ਨਾ ਦਿਓ ਤਾਂ ਕਿਉਂ ਨਾ ਦਿਓ, ਅਸੀਂ ਨਹੀਂ ਆਏ ਕਰੋ। ਅੱਛਾ, ਆਪਕੇ ਸਾਥ ਔਰ ਵੀ ਬੜੀ ਦੁਨੀਆ ਮੰਗ ਰਹੀ ਹੋਤੀ ਹੈ, ਤੋ ਕਿਆ ਆਪਕੇ ਦਿਲ ਮੇਂ ਕਭੀ ਨਹੀਂ ਆਈ ਕਿ ਕਈ ਹੱਕਦਾਰੋਂ ਕਾ, ਅੱਛਾ ਆਪਕੇ ਸਾਥ ਬੜੀ ਦੁਨੀਆ ਮੰਗ ਰਹੀ ਹੋਤੀ ਹੈ, ਔਰ ਵੀ ਲੋਕ ਮੰਗ ਰਹੇ ਹੋਤੇ, ਕਿਆ ਆਪਕੋ ਕਭੀ ਯੇ ਨਹੀਂ ਲਗਾ ਕਿ ਆਪ ਕਿਸੀ ਹੱਕਦਾਰ ਕਾ ਜੋ ਹੈ ਵੋ ਹੱਕ ਖਾ ਰਹੀ ਹੈ, ਆਪ ਅੱਛੀ ਬੜੀ ਹੱਟੀ ਕੱਟੀ ਹੈ, ਤੋ ਆਪ ਕਈ ਬੁੜੀ ਅੰਮਾਏ ਹੈ, ਕਈਓ ਕੇ ਬਾਜ਼ੂ ਨਹੀਂ ਹੈ, ਟਾਂਗੇ ਨਹੀਂ ਹੈ, ਵੋ ਤੋ ਹੱਕਦਾਰ ਹੈ, ਤੋ ਆਪ ਉਨਕਾ ਹੱਕ ਆਤੀ, ਕਿਆ ਇਸ ਬਾਰੇ ਮੇਂ ਕਭੀ ਆਪਨੇ ਫੀਲ ਨਹੀਂ ਕੀਆ, ਸ਼ਰਮ ਨਹੀਂ ਆਈ ਆਪਕੋ? ਇਹਦਾ ਹੁਣ ਮੈਂ ਜਵਾਬ ਤੁਹਾਨੂੰ ਕੀ ਦਿਆਂ, ਮੈਨੂੰ ਪਤਾ ਹੈ ਉੱਥੇ ਵਾਕਈ ਹੱਕਦਾਰਾਂ ਦਾ ਹੱਕਦਾਰ ਜਿਹੜੇ ਉਹਨਾਂ ਨੂੰ ਮਿਲਣਾ ਚਾਹੀਦਾ, ਅਸੀਂ ਹੱਕ ਮਾਰ ਜਾਂਦੇ ਹਾਂ। ਹੁਣ ਮੈਂ ਵੇਖੋ ਹੱਟੀ ਕੱਟੀ ਹਾਂ, ਕੀ ਹੋਇਆ ਮੈਨੂੰ, ਮੈਂ ਕੰਮ ਕਰਾਂ ਤਾਂ ਕਰ ਸਕਦੀ, ਅਤੇ ਮੈਂ ਸੜਕਾਂ 'ਤੇ ਮੰਗਣੀ ਜਾ ਕੇ, ਅਤੇ ਜਿਹੜੇ ਵਿਚਾਰੇ ਫਰਜ਼ ਕਰੋ ਕੋਈ ਬੁੱਢੀ ਮਾਈ ਹੈ ਜਿਹਦਾ ਕੋਈ ਵੀ ਨਹੀਂ ਹੈਗਾ, ਉਹਦਾ ਹੱਕ ਮੈਂ ਮਾਰ ਲਿਆ, ਕਈ ਲੋਕਾਂ ਦਾ ਹੱਕ, ਕਈਆਂ ਲੋਕਾਂ ਦੀਆਂ ਮੈਨੂੰ ਬਦਦੁਆਈਆਂ ਵੀ ਆਉਂਦੀਆਂ ਨੇ, ਬਦਦੁਆਈ ਵੀ ਲੋਕ ਦਿੰਦੇ ਨੇ, ਕੀ ਕਰਾਂ ਬਾਜੀ, ਬਸ ਭੈੜੀ ਆਦਤ ਮੈਨੂੰ ਪੈ ਗਈ, ਅਤੇ ਮੈਂ ਛੱਡਣਾ ਤਾਂ ਚਾਹਣੀ ਪਰ ਨਹੀਂ ਛੱਡ ਸਕਦੀ, ਅਤੇ ਅੱਲਾ ਹੀ ਇਹ ਬਸ ਮੈਨੂੰ ਦੈਤ ਦੇ ਦੇਵੇ, ਅਤੇ ਜਿਹੜੇ ਹੱਕਦਾਰ ਨੇ ਮੈਂ ਕਹਾਂਗੀ ਹੱਕਦਾਰਾਂ ਦਾ ਹੱਕ ਦਿਓ, ਅਤੇ ਜਿਹੜੇ ਛੱਡਦੇ ਬੈਠੇ ਨੇ ਐਵੇਂ ਜਿਨ੍ਹਾਂ ਨੇ ਹੱਥ ਜੋੜੇ ਨੇ, ਅਤੇ ਜਾਂ ਮੈਂ ਹੁਣ ਤੁਹਾਡੀ ਫਿਲਮ 'ਚ ਦੱਸ ਦਿੰਦੀ ਹਾਂ, ਜਿਨ੍ਹਾਂ ਨੇ ਹੱਥ ਜੋੜੇ ਨੇ, ਜਿਨ੍ਹਾਂ ਨੇ ਚਾਟ ਲਿਖ ਕੇ ਹੱਥ ਫੜੇ ਨੇ, ਉਹਨਾਂ ਨੂੰ ਨਾ ਦਿਓ, ਔਰ ਕਈ ਜਿਹੜੇ ਸੋਟਾ ਫੜ ਕੇ ਤੁਰਦੀਆਂ ਬੀਬੀਆਂ ਲੱਤ ਨੂੰ ਕਦੀ ਇੰਝ ਕਰ, ਉਹ ਸਾਰੇ ਚੰਗੇ ਭਲੇ ਹੁੰਦੇ ਨੇ, ਉਹਨਾਂ ਨੂੰ ਕੁਛ ਵੀ ਨਹੀਂ ਹੁੰਦਾ, ਜਿਨ੍ਹਾਂ ਨੇ ਸਿਰ ਬੰਨੇ ਹੁੰਦੇ, ਜਿਨ੍ਹਾਂ ਨੇ ਪੱਟੀਆਂ ਹੱਥ 'ਚ, ਇਹ ਮੈਂ ਇੱਕ ਤੁਹਾਡੀ ਫਿਲਮ ਦੇ ਅੱਖਾਂ ਦੀ, ਜਿਨ੍ਹਾਂ ਨੇ ਹੱਥ 'ਤੇ ਪੱਟੀਆਂ ਵਲੀਆਂ ਹੁੰਦੀਆਂ ਨਾ, ਅਤੇ ਖੂਨ ਨਿਕਲਿਆ ਹੁੰਦਾ, ਉਹ ਸਾਰਾ ਕੋਈ ਕੋਈ ਨਹੀਂ, ਮੈਡੀਕਲ ਸਟੋਰ 'ਤੇ ਜਾਂਦੀਆਂ ਨੇ, ਤਾਂ ਉੱਥੇ 100 ਦਿੰਦੀਆਂ ਨੇ, ਪੱਟੀ ਕਰਾ ਲੈਂਦੀਆਂ, ਉਹਨਕੋ ਵੀ ਨਾ ਦੇ, ਸਾਰਾ ਦੇਹ ਭਰ ਕੇ ਆਪ ਇਸ਼ਾਰੇ ਪਰ ਜਾਨ ਨਾ ਛੁੜਾਇਆ ਕਰੇ, ਦੇਖਾ ਕਰੇ, ਅੱਟੇ ਕੱਟੇ 'ਚ ਲੋਕ ਉਨਕੋ ਆਪ ਜੋ ਹੈ ਨਾ ਪੈਗਾਮ ਵੀ ਦਿਆ ਕਰੇ ਕਿ ਆਪ ਜਾ ਕੇ ਕੋਈ ਕੰਮ ਧੰਦਾ ਕਰੋ, ਜਿਸ ਤਰ੍ਹਾਂ ਮੈਨੂੰ ਲੋਕ ਕਹਿੰਦੇ ਨੇ ਕਿ ਕੰਮ ਧੰਦਾ ਕਰੋ, ਇਸ ਤਰ੍ਹਾਂ ਆਪ ਉਨਕੋ ਕਾ ਕਰੇ, ਅਤੇ ਸਾਰੇ ਉੱਥੇ ਫੇਕ ਹੀ ਆਉਂਦੇ ਨੇ, ਸਾਰੇ ਉੱਥੇ ਜਿਹੜੇ ਨੇ ਇਹ 2 ਨੰਬਰ ਲੋਕ ਆਉਂਦੇ ਨੇ, ਹੱਕਦਾਰ ਵਿਚਾਰਾ ਸਫੇਦ ਪੋਸ਼ ਤਾਂ ਮੰਗਦਾ ਨਹੀਂ, ਉਹ ਤਾਂ ਇੱਜ਼ਤ ਤੋਂ ਮਰ ਜਾਂਦਾ ਬਾਜੀ, ਬਸ ਮੇਰਾ ਇਹ ਪੈਗਾਮ ਹੈ, ਮਿਹਰਬਾਨੀ ਤੁਹਾਡੀ, ਹੁਣ ਮੈਨੂੰ ਜਾਣ ਦਿਓ, ਮੈਂ ਹੁਣ ਜਾਣਾ ਵੀ, ਤੁਸੀਂ ਅੱਜ ਦੀ ਦਿਹਾੜੀ 'ਤੇ ਇੱਥੇ ਲੈ ਗਏ ਸਰ। ਕਭੀ ਕਿਸੀ ਨੇ ਆ ਕੇ ਆਪਸੇ ਕੋਈ ਕਮਿਸ਼ਨ ਮੰਗੀ ਹੋਗੀ ਜੋ ਆਪਨੇ ਇਕੱਠਾ ਕੀਆ ਮਾਲ, ਉਸਮੇ ਸੇ ਮੁਝੇ ਵੀ ਦੇ, ਜਾਂ ਕਿਸੀ ਨੇ ਤੰਗ ਕੀਆ ਹੋ ਕਿ ਹਮੇ ਵੀ ਪੈਸੇ ਦੇ, ਹਮਾਰਾ ਵੀ ਹਿੱਸਾ ਬਣਤਾ ਹੈ। ਤੋਰ ਬੜਾ ਵੱਡਾ ਮਾਫੀਆ, ਪਿੱਛੇ ਅਗਲੇ ਪੈ ਜਾਂਦੇ ਨੇ, ਕਿੰਨੇ ਕਮਾਈ, ਕਈ ਵਾਰੀ ਖੋਹ ਕੇ ਵੀ ਲੈ ਜਾਂਦੇ ਨੇ, ਅਤੇ ਫਿਰ ਗੁਥਲੀ ਮੈਂ ਤਾਂ ਲਿਖਾਈ ਹੁੰਦੀ, ਅਤੇ ਅਗਲੇ ਖੋਹ ਕੇ ਲੈ ਜਾਂਦੇ, ਕਈ ਵਾਰੀ ਮੇਰੇ ਪੈਸੇ ਖੋਹ ਵੀ ਲੈ ਨੇ, ਅਤੇ ਰਾਤ ਨੂੰ ਅਕਸਰ, ਅਤੇ ਫਿਰ ਮੀਆਂ ਮੇਰਾ ਜਦੋਂ ਲੈਣ ਆ ਜਾਂਦਾ, ਫਿਰ ਮੈਂ ਉਹਨੂੰ ਫੜਾ ਦੇਣੀ, ਸਾਰੇ ਲੈ ਜਾਂਦੇ, ਲੇਕਿਨ ਕਈ ਵਾਰੀ ਲੋਕਾਂ ਨੇ ਮੇਰੇ ਕੋਲ ਪੈਸੇ ਖੋਹ ਵੀ ਲੈ ਨੇ, ਖੋਹ ਕੇ ਉਂਝ ਵੀ ਭੱਜ ਜਾਂਦੇ ਨੇ, ਕਈ ਨਸ਼ਈ ਆਉਂਦੇ ਨੇ ਨਾ ਜਿਹੜੇ, ਇਹਨਾਂ ਕੋਲ ਬੜੇ ਹਥਿਆਰ ਹੁੰਦੇ ਨੇ, ਇਹ ਫਿਰ ਡਰਾਉਂਦੇ ਨੇ, ਅਤੇ ਕਮਿਸ਼ਨ ਕੀ ਹੈ ਤਾਂ ਹਥਿਆਰ ਵਹਾ ਕੇ ਖੋਹ ਲੈਂਦੇ। ਆਪ ਜਵਾਨ ਜਹਾਨ ਹੈ, ਕਭੀ ਕਿਸੀ ਨੇ ਛੇੜਾ ਹੋ, ਛੇੜਨੇ ਕੀ ਕੋਸ਼ਿਸ਼ ਕੀ ਹੋ, ਇਸ਼ਾਰੇ ਪੇ ਖੜੀ ਹੋਤੀ ਹੈ, ਤੋ ਕਿਸੀ ਨੇ ਛੇੜਨੇ ਕੀ ਕੋਸ਼ਿਸ਼ ਕੀ ਹੋ? ਬਾਜੀ ਛੇੜਨ ਦੀ ਤਾਂ ਗੱਲ ਛੱਡਦੇ, ਹਰ ਦੂਜੇ ਬੰਦੇ ਕੋਲ ਬਚਣਾ ਪੈਂਦਾ, ਜਿਹੜੇ ਟਰੱਕ ਵਾਲੇ ਹੁੰਦੇ ਨੇ ਇਹ ਬੜੇ ਰਾਂਦੇ ਹੁੰਦੇ ਨੇ, ਇਹ ਤਾਂ ਉੱਤੇ ਐਡਾ ਉੱਚਾ ਨਾ ਟਰੱਕ ਹੁੰਦਾ, ਤਾਂ ਉੱਥੋਂ ਹੀ ਛੇੜਦੇ ਨੇ, ਪੈਸੇ ਵੀ ਸੱਟ ਦੇਣਗੇ 10 ਰੁਪਏ, ਅਤੇ ਆਪਦਾ ਨੰਬਰ ਵੀ ਸੱਟ ਦੇਣਗੇ, ਵੀ ਵੇਖੋ ਹੁਣ ਵੀ ਨੰਬਰ, ਮੈਂ ਫੋਨ ਕਰਕੇ ਕਿੱਥੇ ਜਾਵਾਂ ਇਹਨਾਂ ਦੇ ਨਾਲ। ਇੱਕ ਵਾਰੀ ਮੈਂ ਤੁਹਾਨੂੰ ਆਪਦਾ ਵਾਕਿਆ ਸੁਣਾ ਦੇਣੀ ਹਾਂ ਜ਼ਿੰਦਗੀ ਦਾ, ਉਹ ਇਸ ਤਰ੍ਹਾਂ ਹੋਇਆ ਕਿ ਮੈਂ ਨਾ ਮੰਗ ਰਹੀ ਸੀ, ਅਤੇ ਇੱਕ ਰਿਕਸ਼ੇ ਵਾਲਾ ਆ ਗਿਆ, ਅਤੇ ਰਿਕਸ਼ੇ ਵਾਲੇ ਅਸੀਂ ਸੋਚਿਆ ਕਿ ਚੰਗੇ ਹੁੰਦੇ ਨੇ, ਹੈ ਵੀ ਆਪਦਾ ਰਿਕਸ਼ਾ ਚਲਾ ਦੇਣਾ ਅਤੇ ਬੱਚਿਆਂ ਦੀ ਰੋਜ਼ੀ ਕਮਾ ਦੇਣ, ਲੇਕਿਨ ਅੰਦਰੋਂ ਇਹ ਵੀ ਪੂਰੇ ਹੁੰਦੇ ਨੇ, ਬੜੇ ਆਰਾਮਦਾਰ ਦੇ ਹੁੰਦੇ ਨੇ,